हाथां विच अपनी शिकायत ते पूरा परिवार इस वेले नामोशी दे आलम विच है। एक पासे उन्हां नूं अपनी घर दी धी दा गम आ रिहा तां दूसरे पासे गरीबी दे कारण कोई उन्हां दी सार नहीं लै रिहा। दरअसल मामला फिरोजपुर के पिंड दलूची तो सामने आया है, जिथे उस वेले दो बंदियां ने कल टप के घर विच पईयां लड़कियां विच इक नूं फड़ लिया, जदों परिवार वालियां ने इल्जाम लगाए कि असी दवाई लैण लई बाहर गए सन, पर जदों घरे आके लड़की दा हाल देखिया ता पूरा टब्बर सुन हो गया, जिस तो बाद दलेर लड़की ने हड बीती सुनाई। जी साडे मम्मी डैडी घरे नहीं सी आगे, साढ़े 9 बजे का टाइम सी। दोषी रमन सिंह सन ऑफ मंगा सिंह, लवप्रीत सिंह सन ऑफ प्रेम सिंह, ये कौन ने? ये साढ़े गवांडी ने रहन वाले। मम्मी डैडी साढ़े घरे नहीं सी आगे, इन्हें आके साढ़े नाल जबरदस्ती की, मजहबी सिख ने मेरे नाल जबरदस्ती की। मम्मी डैडी साढ़े घरे नहीं सी आगे, ਅਸੀਂ ਤਿੰਨੇ ਭੈਣਾਂ ਘਰੇ ਸੀ। ਮੰਮੀ ਡੈਡੀ ਦਵਾਈ ਲੈਣ ਗਏ ਸੀ ਤੇ ਘਰੇ ਜ਼ਬਰਦਸਤੀ ਦਾਖਲ ਹੋ ਗਏ। ਹਾਂਜੀ, ਘਰੇ ਜ਼ਬਰਦਸਤੀ ਦਾਖਲ ਹੋ ਗਏ। ਇਧਰੋਂ ਕੰਧ ਆ ਗਈ, ਸਾਡੇ ਪਿੱਛੇ ਵੇਲੀ ਆ ਗਈ, ਉੱਥੋਂ ਟੱਪ ਕੇ ਆਏ ਇਹ ਕੰਧ, ਤੇ ਸਾਨੂੰ ਪਤਾ ਨਹੀਂ ਸੀ ਲੱਗਿਆ ਤੇ ਅਸੀਂ ਸੁੱਤੇ ਪਏ ਸੀ। ਸਾਨੂੰ ਇੱਥੋਂ ਖਿੱਚ ਕੇ ਲੈ ਗਏ ਅੰਦਰ, ਫਿਰ ਸਾਡੇ ਨਾਲ ਜ਼ਬਰਦਸਤੀ ਕੀਤੀ। ਪੁਲਿਸ ਨੇ ਪਰਚਾ ਦਰਜ ਕੀਤਾ ਪਰ ਕੋਈ ਕਾਰਵਾਈ ਨਹੀਂ ਕਰਦੇ ਪਏ, ਨਾ ਸਾਡੀ ਕੋਈ ਸੁਣਦਾ ਪਿਆ। ਦੋਸ਼ੀ ਨਹੀਂ ਫੜੇ, ਧਮਕੀਆਂ ਦਿੰਦੇ ਪੈਣੇ ਵੀ ਤੁਹਾਨੂੰ ਕਰਵਾ ਕੇ ਚੱਕਲ ਜਾਣਾ, ਤੁਹਾਡੇ ਗੱਲ ਪੈਣਾ, ਤੁਹਾਡੀ ਕੁੜੀਆਂ ਛੋਟੀਆਂ ਚੱਕਲ ਜਾਣਾ, ਛੋਟੀਆਂ ਪੈਣਾ, ਕਹਿੰਦੇ ਜਾਨੋ ਮਾਰ ਦਾਂਗੇ। ਮੁਲਜ਼ਮਾਂ ਨੂੰ ਫੜ ਲਿਆ ਗਿਆ ਸੀ ਪਰ ਬਾਅਦ ਵਿੱਚ ਰਿਸ਼ਵਤ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ। ਹਾਂਜੀ, ਇਹ ਮੇਰੀ ਸੱਕੀ ਭਤੀਜੀ ਹੈ ਜੀ, ਇਹਦੀ 15 ਸਾਲ ਉਮਰ ਹੈ ਤੇ ਇਹਨਾਂ ਦੇ ਜਿਹੜੇ ਮੰਮੀ ਡੈਡੀ ਸੀਗੇ ਉਹ ਫਰੀਦਕੋਟ ਦਵਾਈ ਲੈਣ ਗਏ ਸੀ ਉਸ ਟਾਈਮ, ਜਿਸ ਟਾਈਮ ਦੀ ਵਾਰਦਾਤ ਦਰਜ ਹੋਈ ਹੈ। ਉਹ ਘਰ ਨਹੀਂ ਸੀਗੇ, ਭਤੀਜੀਆਂ ਮੇਰੀਆਂ ਇਕੱਲੀਆਂ ਘਰ ਸੀਗੀਆਂ, 2 ਛੋਟੀਆਂ ਬੱਚੀਆਂ, ਤੀਜੀ ਇਹ ਸੀਗੀ ਵੱਡੀ ਜਿਹੜੀ। ਇਹ ਕੀ ਹੋਇਆ ਜੀ, ਇਹ ਅੰਦਰ ਸੁੱਤੇ ਪਏ ਸੀ ਆਪਣੇ ਕਮਰੇ 'ਚ, ਦੋਸ਼ੀ ਪਿੱਛੋਂ ਨਾਲ ਦੇ ਘਰ ਦੀ ਵਿਹਲੀ ਵਿਹਲੀ ਹੈ, ਫਰੀ ਹੈ, ਕੋਈ ਘਰ ਨਹੀਂ ਬਹਿੰਦਾ ਅਤੇ ਵੀ ਬਰਾਂਡ ਜਗ੍ਹਾ ਪਿੱਛੋਂ ਚੜ੍ਹ ਕੇ ਆਇਆ ਕੰਧ, 2 ਦੋਸ਼ੀ ਉਹਨਾਂ ਕੰਧ ਚੜ੍ਹ ਕੇ ਆਣ ਕੇ ਦੇਖਿਆ ਮੌਕਾ ਵੀ ਕੁੜੀਆਂ ਇਕੱਲੀਆਂ, ਕੁੜੀਆਂ ਨੂੰ ਜ਼ਬਰਦਸਤੀ ਅੰਦਰੋਂ ਕਮਰੇ 'ਚੋਂ ਖਿੱਚ ਕੇ ਆਹ ਕਮਰਾ ਰਿਹਾ ਜੀ, ਇੱਥੋਂ ਖਿੱਚ ਕੇ ਲਿਆ ਕੇ ਇੱਧਰ ਕਮਰੇ 'ਚ ਲੈ ਕੇ ਜਾ ਕੇ ਇਹਨਾਂ ਜੋ ਵੀ ਜ਼ਬਰ ਜਨਾਹ ਕੀਤਾ ਦੋਨਾਂ ਮੁੰਡਿਆਂ ਨੇ ਰਲ ਕੇ, ਪਹਿਲਾਂ ਕੁੜੀਆਂ ਦਾ ਮੂੰਹ ਘੁੱਟ ਕੇ ਫੜ ਲਿਆ ਜਿਵੇਂ, ਦੂਜੇ ਨੇ ਹੱਥ ਪੈਰ ਫੜ ਕੇ ਇਸ ਤਰ੍ਹਾਂ ਜ਼ਬਰਦਸਤੀ ਧੱਕਾ ਕੀਤਾ ਇਹਦੇ ਨਾਲ, ਠੀਕ ਹੈ ਜੀ। ਉਸ ਤੋਂ ਬਾਅਦ 11-12 ਵਜੇ ਤੱਕ ਇਹਦੇ ਮਾਂ ਪਿਓ ਘਰੇ ਪਹੁੰਚੇ, ਉਹਨਾਂ ਦੇ ਪਹੁੰਚਣ ਤੋਂ ਬਾਅਦ ਇਹਨਾਂ ਸਾਨੂੰ ਕਾਲ ਕੀਤੀ, ਅਸੀਂ ਨਾਲ ਦੇ ਘਰ 'ਚ ਰਹਿੰਦੇ ਸੀਗੇ, ਸਾਨੂੰ ਦੱਸਿਆ ਉਹਨਾਂ ਨੇ ਕਿ ਆਪਣੀ ਕੁੜੀਆਂ ਨਾਲ ਆਹ ਵਾਰਦਾਤ ਹੋਈ ਹੈ। ਅਸੀਂ ਜਦੋਂ ਪੁੱਛਿਆ ਵੀ ਕੌਣ ਸੀ, ਕਿਹੜੇ ਬੰਦੇ ਨੇ, ਕੁੜੀਆਂ ਨੇ ਸਾਨੂੰ ਇਹ ਦੱਸਿਆ ਵੀ ਇੱਕ ਤਾਂ ਰਮਨ ਸਿੰਘ ਉਰਫ ਪੁੱਤਰ ਮੰਗਾ ਸਿੰਘ ਪਿੰਡ ਦੁਲਚੀਗੇ ਤੋਂ, ਜਿਹੜਾ ਦੂਜਾ ਮੁੰਡਾ ਨਾਲ ਦਾ ਸੀ ਉਹਦਾ ਨਾਂ ਲਵਪ੍ਰੀਤ ਉਰਫ ਲੱਭਾ ਅਤੇ ਉਹਦਾ ਨਾਂ ਪ੍ਰੇਮ ਸਿੰਘ ਪਿੰਡ ਦੁਲਚੀਗੇ ਤੋਂ। ਇਹ 2 ਮੁੰਡਿਆਂ ਨੇ ਆ ਕੇ ਵਾਰਦਾਤ ਕੀਤੀ, ਮੇਰੇ ਨਾਲ ਜ਼ਬਰਦਸਤੀ ਕੀਤੀ, ਜ਼ਬਰ ਜਨਾਹ ਕੀਤਾ, ਪੂਰੀ ਜ਼ਬਰਦਸਤੀ ਪੂਰਾ ਧੱਕਾ ਕੀਤਾ ਦੋਨਾਂ ਮੁੰਡਿਆਂ ਰਲ ਕੇ। ਹਾਂਜੀ, ਸਾਡੇ ਵੱਲੋਂ ਹੀ 2 ਦੋਸ਼ੀ, 1 ਦੋਸ਼ੀ ਫੜਾਇਆ ਗਿਆ ਸੀ, ਲਵਪ੍ਰੀਤ ਲੱਭੀ। ਹਾਂਜੀ, ਮੌਕੇ 'ਤੇ ਦੋਨਾਂ ਨੇ, ਪੁਲਿਸ ਵਾਲਿਆਂ ਨੇ ਰੇਟ ਮਾਰੀ, ਦੋਨਾਂ ਨੇ ਅਸੀਂ ਆਪਦੇ ਹੱਥੀ ਫੜਾਇਆ। ਇਹ ਜਿਹੜਾ ਮੁਲਜ਼ਮ ਆਪਣਾ ਲਵਪ੍ਰੀਤ ਲੱਭਾ ਸੀਗਾ ਆਪਦੇ ਹੱਥੀ, ਸਾਡੇ ਕੋਲ ਥਾਣੇਦਾਰ ਜੋਗਿੰਦਰ ਸਿੰਘ ਨੇ, ਇੱਕ ਥਾਣੇਦਾਰ ਬਲਵਿੰਦਰ ਸਿੰਘ ਸੀਗਾ ਜੀ, ਬਾਕੀ ਕੁਛ ਹੋਰ ਕਰਮਚਾਰੀ ਸੀਗੇ, ਮੁਲਾਜ਼ਮ ਸੀਗੇ ਜੀ। ਇਹਨਾਂ ਨੇ ਸਾਡੇ ਹੱਥੀ ਸਾਡੀ ਅੱਖਾਂ ਦੇ ਕੋਲੇ ਫੜ ਕੇ ਗੱਡੀ 'ਚ ਬਿਠਾਇਆ ਜੀ, ਲਿਜਾ ਕੇ ਸਦਰ ਥਾਣੇ ਲੈ ਗਿਆ। ਸਾਨੂੰ ਕਹਿੰਦੇ ਜੋ ਕਾਰਵਾਈ ਬੰਦ ਹੀ ਕਰਾਂਗੇ ਅਸੀਂ। ਉਸ ਤੋਂ ਬਾਅਦ ਜੀ ਅਸੀਂ ਦੂਜੇ ਦਿਨ ਪੁੱਛਿਆ ਜਾ ਕੇ ਕੀ ਕਾਰਵਾਈ ਕੀਤੀ ਜੀ, ਉਹ ਕਹਿੰਦੇ ਜੀ ਬੰਦਾ ਸਾਨੂੰ ਨਹੀਂ ਪਤਾ, ਸਾਡੇ ਐਸ ਐਚ ਨੂੰ ਪਤਾ ਹੈ। ਅਸੀਂ ਮੌਕੇ 'ਤੇ ਬੰਦਾ ਜਾ ਕੇ ਦੇਖਿਆ ਜੀ, ਥਾਣੇ ਜਵਾਲਾ 'ਚ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਉੱਥੇ। ਉਹ ਕਹਿੰਦੇ ਜੀ ਐਸ ਐਚ ਨੂੰ ਪਤਾ ਜੀ, ਐਸ ਐਚ ਨੇ ਬੰਦਾ ਲੈ ਦੇ ਕੇ ਛੱਡਦਾ, ਰਿਸ਼ਵਤ ਲੈ ਕੇ ਬੰਦਾ ਛੱਡਦਾ ਜੀ। ਉਸ ਤੋਂ ਬਾਅਦ ਸਾਡੀ ਕੋਈ ਕਾਰਵਾਈ ਨਹੀਂ, ਕੋਈ ਸਾਡੀ ਪੁਲਿਸ ਪੈਰਵਾਈ ਨਹੀਂ ਕਰਦੀ ਵੀ ਕੇਸ ਦੀ, ਕੋਈ ਕੁਛ ਨਹੀਂ। ਹਾਂਜੀ ਹਾਂਜੀ, ਅਸੀਂ ਤਾਂ ਕਹਿੰਦੇ ਹਾਂ ਜੀ, ਜੋ ਐਫ ਆਈ ਆਰ ਦਰਜ ਦੇ ਕਾਨੂੰਨੀ ਕਾਰਵਾਈ ਅਤੇ ਜੋ ਵੀ ਕਾਰਵਾਈ ਬਣਦੀ ਹੈ ਸਾਡੀ ਕਾਰਵਾਈ ਕੀਤੀ ਜਾਏ। ਗਰੀਬ ਪਰਿਵਾਰ ਹੈ ਜੀ, ਗੁੜੀਆ ਦਾ ਜਿਹੜਾ ਪਿਓ ਹੈ ਜੀ ਉਹਦਾ ਮੰਜੇ 'ਤੇ ਲਾਚਾਰ ਪਿਆ ਜੀ, ਉਹਦੇ ਤੋਂ ਤੁਰਨਾ ਬੜਾ ਔਖਾ। ਉਹਦੀ ਜਿਹੜੀ ਮਦਰ ਹੈ ਜੀ ਉਹ ਦਿਹਾੜੀ ਦੱਪਾ ਕਰਕੇ ਆ, 2 ਬੱਚੇ 3 ਜਿਹੜੇ ਇਹਨਾਂ ਨੂੰ ਰੋਟੀ ਖਵਾਉਂਦੀ ਆ, ਇਹਨਾਂ ਦੇ ਪਿੱਛੇ ਪੈਰਵਾਈ ਕਰਨ ਵਾਲਾ ਕੋਈ ਨਹੀਂ ਹੈਗਾ ਜੀ, ਗਰੀਬ ਘਰ ਆ ਬਿਲਕੁਲ। ਜਿਹੜੇ ਦੋਸ਼ੀ ਹੈ ਜੀ ਉਹ ਇਸ ਟਾਈਮ ਫਰਾਰ ਹੈ ਜੀ, ਘਰੇ ਗਾਲਾਂ ਕੱਢਦੇ ਆ, ਬਕਵਾਸ ਕਰਦੇ ਆ, ਘਰ ਦੇ ਫੋਨ 'ਤੇ ਆਂਢੀਆਂ ਗੁਆਂਢੀਆਂ ਦੇ ਬੂਹੇ ਜਾ ਕੇ ਬੋਲ ਕੇ ਜਾਂਦੇ ਆ ਵੀ ਤੁਸੀਂ ਆਪਦਾ ਕੇਸ ਵਾਪਸ ਲੈ ਲਓ, ਨਹੀਂ ਤਾਂ ਅਸੀਂ ਤੁਹਾਡੀ ਕੁੜੀ ਵੀ ਮਾਰ ਦਾਂਗੇ, ਬਾਕੀ ਜਿਹੜਾ ਖਾਨਦਾਨ ਹੈ ਸਾਰਿਆਂ ਨੂੰ ਮਾਰ ਦਾਂਗੇ, ਅਤੇ ਬੱਚੀਆਂ ਇਕੱਲੀਆਂ ਘਰੇ ਰਹਿੰਦੀਆਂ ਜੀ, ਇਹਨਾਂ ਨੂੰ ਡਰ ਹੈ। ਸਾਨੂੰ ਇਹੀ ਮੰਗ ਹੈ ਜੀ, ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਏ, ਜੋ ਵੀ ਕਾਰਵਾਈ ਐਫ ਆਈ ਆਰ ਕਾਨੂੰਨੀ ਕਾਰਵਾਈ ਕਾਗਜ਼ ਰਾਹੀਂ ਜੋ ਵੀ ਬਣਦੀ ਹੈ ਉਹ ਕਾਰਵਾਈ ਕੀਤੀ ਜਾਵੇ ਸਾਨੂੰ ਦੋਸ਼ੀਆਂ ਤੋਂ, ਵੀ ਇਹੀ ਜੋ ਕਾਰਵਾਈ ਬਣਦੀ ਹੈ ਨਾ।
ਇਹਦਾ ਸਾਨੂੰ ਫੈਸਲਾ ਦਿੱਤਾ ਜਾਵੇ। दूसरे पासे पुलिस अधिकारियों ने दावा किया है कि मामला दर्ज कर लिया गया है ते जल्द ही दोषियों नूं काबू किया जाएगा। पिंड दुलचिके दी रहण वाली सी, उम्र छोटी सी लड़की, नाबालग है। इस संबंधी उन्होंने मतलब परचा दर्ज कराया, परचा दर्ज कर दिता है। किहड़ी किहड़ी धारा लगा के करते 376D और 506 IPC 6 पासको एक्ट 2012 2019 जबरजना करने वाले जल्दी फड़े जाणगे। पर जिस तरह मुलजमां दे मन विच पुलिस दा खौफ घटदा जा रहा है ते आम लोकां विच वाधा जा रहा है, इसते महकमे नूं जरूर कुछ करना पवेगा। हकीकत टीवी पंजाबी लई फिरोजपुर तो सुखचैन सिंह दी रिपोर्ट। मेहनत मेरी रहमत खुदा दी, मुसलमानी रूहानी अते काले इलम दे माहिर मौलाना अब्दुल जी 76967 96275। चमत्कार हुंदे देखो अपनियां अखां सामने, 100% गारंटी नाल पाओ हर परेशानी दा हल। पति पत्नी च झगड़ा, सौतन दुश्मन तो छुटकारा, तलाक केस, विदेश च पक्का होना, जादू टोने ते कीता किराया दा खात्मा, गुप्त वशीकरण कराओ, मन च हा प्रेमी प्रेमिका अपने वश च करो, लाटरी नंबर पाओ भावे 649 होवे जां लुट्टो मैक्स। प्यार च धोखा खा चुके प्रेमी प्रेमिका, एक बार जरूर संपर्क करो, मैं तुहाडा प्यार टुटन नहीं देवांगा। संपर्क करो 76967 96275।